जदों तक इस डॉक्टर दे परचा नहीं हुंदा जदों तक ये धमकी दा भी तू पाठी है ते पाठी बन के रह। संजीवनी मल्टी स्पैशलिटी हॉस्पिटल लाया राजपुरे दा, आ वेख लो तुसीं मल्टी स्पैशलिटी बनाया पर गरीबां दा खून चूसण वास्ते बनाया, गरीबां दा खून चूसण वास्ते। जदों तक ना सी इत्थों हिलणा ते आ रोड इत्थे वी बंद, रोड इधर वी बंद ते हस्पताल वी बंद। जे 10 मिनट उस बच्चे नूं वेंटीलेटर ते नाल 10 मिनट विच ना लाया जांदा ते उह बच्चा अज इस परिवार दे हत्थ विच ना हुंदा। इस करके भी साढ़े ग्रंथियां दी बांह कौन फड़े, किहड़ा ग्रंथियां दी हा हुक सुणे। मैं पहले दिन लैके आया सी बच्चे नूं, घरदियां नूं एडमिट करवाया ते असीं अजे सलाह कर रहे सी, असीं कहा चलो परिवार तों पुछ लईए ते फिर इन्हां ने ना आपदा स्टाफ भेजिया। जदों असीं ना बाहर गल कर रहे सी ਤੇ ਇਹਨਾਂ ਨੇ ਇਹ ਸੋਚਿਆ ਕਿ ਕਿਧਰੇ ਉਹ ਚਲੇ ਨਾ ਜਾਣ, ਕਿ ਤੁਸੀਂ ਉਹਨਾਂ ਨੂੰ ਸਮਝਾਓ ਤੇ ਪਿਆਰ ਨਾ ਮਨਾਓ। ਤੇ ਇਹਨਾਂ ਨੇ ਸਾਡੇ ਕੋਲ ਆਏ ਤੇ ਇਹਨਾਂ ਨੇ ਨਾ ਮਤਲਬ ਕਿ ਜਿਵੇਂ ਮਿੱਠੀਆਂ ਗੋਲੀਆਂ ਦਿੱਤੀਆਂ ਤੇ ਸਾਨੂੰ ਨਹੀਂ ਸੀ ਇਸ ਬਾਰੇ ਪਤਾ ਕਿ ਉਹ ਕਹਿੰਦੇ ਨੇ ਜੀ ਪ੍ਰੀਸ਼ਨ ਹੋਏਗਾ, ਕਿ ਬੱਚੇ ਦਾ ਨਾ ਅੰਗ ਮਤਲਬ ਕਿ ਪੇਟ 'ਚ ਫਸ ਗਿਆ ਜੀ। ਇਹੋ ਜਿਹੀਆਂ ਗੱਲਾਂ ਕੀਤੀਆਂ ਜੀ ਇਹਨਾਂ ਨੇ ਤੇ ਸਾਡੇ ਨਾਲ ਬੜਾ ਖਰਾਬ ਕੀਤਾ ਜੀ ਕੰਮ। ਜਦੋਂ ਬੱਚਾ ਹੋ ਗਿਆ ਉਹ ਕਹਾਣੀ ਦੱਸੋ, ਜਦੋਂ ਬੱਚਾ ਉਸ ਦਿਨ ਕੀ ਹੋਇਆ, ਬੱਚਾ ਹੋਇਆ ਆਪਰੇਸ਼ਨ ਹੋ ਗਿਆ ਪਹਿਲਾਂ? ਜਦੋਂ ਆਪਰੇਸ਼ਨ ਹੋਇਆ ਜੀ, ਹਾਂ ਬੱਚਾ ਹੋ ਗਿਆ ਤੇ ਉਦੋਂ ਡਾਕਟਰ ਕਹਿੰਦੀ ਠੀਕ ਠਾਕ ਹੈ ਬੱਚਾ, ਤੇ ਉਸ ਤੋਂ ਅਗਲੇ ਦਿਨ 10 ਵਜੇ ਬੱਚੇ ਦੇ ਪੈਰ ਨੀਲੇ ਪੈ ਗਏ ਜੀ। ਤੇ ਬੱਚੇ ਦੇ ਜਦੋਂ ਪੈਰ ਨੀਲੇ ਪਏ ਅਸੀਂ ਡਾਕਟਰ ਸਾਹਿਬ ਨੂੰ ਕਿਹਾ ਕਿ ਡਾਕਟਰ ਸਾਹਿਬ ਇਹਦੇ ਨਾ ਜਿਹੜੀ ਧੜਕਣ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਹੈ ਤੇ ਸਾਹ ਔਖੇ ਔਖੇ ਲੈ ਰਿਹਾ ਸੀ। ਤੇ ਅਸੀਂ ਕਿਹਾ, ਕਹਿੰਦੇ ਨੇ ਬੱਚਾ ਐਵੇਂ ਹੀ ਹੁੰਦਾ ਹੈ ਕਿ ਜਦੋਂ ਜੰਮਦਾ ਐਵੇਂ ਹੀ ਹੁੰਦਾ ਹੈ। ਤੇ ਬਾਅਦ ਵਿੱਚ ਇਹਨਾਂ ਨੇ ਸ਼ਾਮ ਨੂੰ ਸਾਨੂੰ ਜਵਾਬ ਦੇ ਦਿੱਤਾ ਕਿ ਤੁਸੀਂ ਬੱਚੇ ਨੂੰ ਕਿਸੇ ਡਾਕਟਰ ਨੂੰ ਖਾਓ, ਬੱਚਿਆਂ ਵਾਲਿਆਂ ਨੂੰ। 24 ਘੰਟੇ ਬੱਚੇ ਨੇ ਕੋਈ ਐਕਟੀਵਿਟੀ ਨਹੀਂ ਕੀਤੀ, ਕੋਈ ਬੱਚੇ ਨੇ ਲੈਟਰਿੰਗ ਨਹੀਂ ਕੀਤੀ, ਕੋਈ ਕੁਛ ਨਹੀਂ ਕੀਤਾ, ਕੋਈ ਦੁੱਧ ਨਹੀਂ ਪੀਤਾ ਬੱਚੇ ਨੇ 24 ਘੰਟੇ। ਤੇ ਇਹਨਾਂ ਦਾ ਇਹ ਕਹਿਣਾ ਸੀ ਵੀ ਤੁਹਾਡੀ ਅਣਗਹਿਲੀ ਕਰਕੇ ਜਿਹੜਾ ਬੱਚਾ ਉਹ ਬਿਮਾਰ ਹੋਇਆ। ਜੇ 10 ਮਿੰਟ ਉਸ ਬੱਚੇ ਨੂੰ ਵੈਂਟੀਲੇਟਰ ਤੇ ਨਾਲ 10 ਮਿੰਟ ਵਿੱਚ ਨਾ ਲਾਇਆ ਜਾਂਦਾ ਤੇ ਉਹ ਬੱਚਾ ਅੱਜ ਇਸ ਪਰਿਵਾਰ ਦੇ ਹੱਥ ਵਿੱਚ ਨਾ ਹੁੰਦਾ। ਉਦੋਂ ਡਾਕਟਰ ਦਿਨੇਸ਼ ਜੀ ਨੂੰ ਕਹਿ ਕੇ, ਡਾਕਟਰ ਸਾਹਿਬ ਕੋਈ ਤੁਸੀਂ ਕਿਰਪਾ ਵੀ, ਗ੍ਰੰਥੀ ਸਿੰਘ ਹੈ ਵੀ ਤੁਸੀਂ ਪੈਸੇ ਦੀ ਫਿਕਰ ਨਾ ਕਰਿਓ, ਪੈਸਾ ਅਸੀਂ ਆਪਣੀ ਟੀਮ ਵੱਲੋਂ ਜਿੰਨਾ ਸਾਡੇ ਕੋਲ ਵੱਧ ਤੋਂ ਵੱਧ ਹੋਏਗਾ ਡਾਕਟਰ ਸਾਹਿਬ ਨੂੰ ਪੁੱਛ ਸਕਦੇ ਹੋ ਵੀ ਜਿਹੜਾ ਹੁਕਮ ਤੁਸੀਂ ਅਖੀਰ 'ਚ ਕਰ ਦਿਓ, ਤੁਸੀਂ ਬੱਚੇ ਨੂੰ ਬਚਾਓ, ਤੁਸੀਂ ਬੱਚੇ ਵੱਲ ਧਿਆਨ ਦਿਓ। ਉਹਨਾਂ ਨੇ ਬੱਚੇ 'ਤੇ ਪੂਰਾ ਜ਼ੋਰ ਲਾਇਆ, ਜੋ ਸੇਵਾ ਉਹਨਾਂ ਨੂੰ ਹੁਕਮ ਕੀਤੇ ਅਸੀਂ ਦੇ ਕੇ ਆਏ। ਪਰ ਇੱਥੇ ਇਸ ਡਾਕਟਰ ਨੇ ਕੱਲ੍ਹ ਤੁਸੀਂ ਵੀਡੀਓ ਵੇਖੀ ਆ, ਜਦੋਂ ਤੱਕ ਇਸ ਡਾਕਟਰ 'ਤੇ ਪਰਚਾ ਨਹੀਂ ਹੁੰਦਾ ਜਦੋਂ ਤੱਕ ਇਹ ਧਮਕੀ ਦਾ ਵੀ ਤੂੰ ਪਾਠੀ ਹੈ ਅਤੇ ਪਾਠੀ ਬਣ ਕੇ ਰਹਿ, ਉਦੋਂ ਤੱਕ ਨਾ ਸੀ ਇੱਥੋਂ ਹਿੱਲਣਾ ਅਤੇ ਆ ਰੋਡ ਇੱਧਰ ਵੀ ਬੰਦ, ਰੋਡ ਇੱਧਰ ਵੀ ਬੰਦ ਅਤੇ ਹਸਪਤਾਲ ਵੀ ਬੰਦ, ਉਦੋਂ ਤੱਕ ਇਹ ਬੰਦ ਹੈ ਜਦ ਤੱਕ ਡਾਕਟਰ 'ਤੇ ਪਰਚਾ ਨਹੀਂ ਕਰਦੇ। ਇਹ ਕਹਿ ਰਿਹਾ ਵੀ ਤੂੰ ਸਰਟੀਫਿਕੇਟ, ਬੱਚੇ ਦਾ ਜਨਮ ਸਰਟੀਫਿਕੇਟ ਬਣਦਾ ਹੈ, ਇਹ ਕਹਿੰਦਾ ਵੀ ਤੂੰ ਲੈ ਕੇ ਵਿਖਾ ਮੇਰੇ ਕੋਲੋਂ ਕਿਵੇਂ ਲੈ ਸਕਦਾ ਸਰਟੀਫਿਕੇਟ, ਤੂੰ ਕਿਵੇਂ ਕਾਗਜ਼ ਮੇਰੇ ਕੋਲ ਲੈ ਸਕਦਾ। ਸੋ ਇਹ ਧਮਕੀਆਂ, ਇੱਕ ਗ੍ਰੰਥੀ ਸਿੰਘ ਇੱਕ ਨੋਰਮਲ, ਇਹ ਜਿੱਥੇ ਡਿਊਟੀ ਕਰਦਾ ਪਿੰਡ ਆਸ਼ਕਪੁਰ ਇਹਦੇ ਉੱਥੇ ਪੁੱਛ ਸਕਦੇ ਹੋ ਵੀ ਕਿੱਡਾ ਕੁ ਚੁਸਤ ਜਾਂ ਕਿੱਡਾ ਕੋਈ ਮਤਲਬ ਹੁਸ਼ਿਆਰ ਜਾਂ ਕਿੱਡਾ ਕੋਈ ਲੜਨ ਫੜਨ ਵਾਲਾ ਬੰਦਾ ਹੈ। ਇਹਦੇ ਬਾਰੇ ਤੁਸੀਂ ਉਸ ਪਿੰਡ ਵਿੱਚ ਪੁੱਛਿਓ। ਸ਼੍ਰੀ ਫਤਿਹਗੜ੍ਹ ਸਾਹਿਬ 'ਚ ਪੈਂਦਾ ਪਿੰਡ ਜ਼ਿਲ੍ਹਾ? ਹਾਂਜੀ ਹਾਂਜੀ। ਨੇੜੇ ਕਿਹਦੇ ਪੈਂਦਾ ਪਿੰਡ? ਉਹ ਨੇੜੇ ਆਪਣੇ ਸ਼ਹਿਰ ਲੱਗਦਾ ਜਿਹੜਾ ਪੋਲਾ ਪਿੰਡ ਪੈਂਦਾ ਜੀ। ਪੋਲਾ, ਪੋਲੇ ਦੇ ਨੇੜੇ ਵੀਰ ਡਿਊਟੀ ਕਰਦਾ। ਸੋ ਜਦੋਂ ਤੱਕ ਆਹ ਇੱਦਾਂ ਦੇ ਡਾਕਟਰਾਂ ਦੀਆਂ ਕਰਤੂਤਾਂ ਹੈ, ਰਾਜਪੁਰ ਦਾ ਹਸਪਤਾਲ ਆਹ ਸੰਜੀਵਨੀ, ਆਹ ਵਿਖਾਵੇ ਸੰਜੀਵਨੀ ਮਲਟੀ ਸਪੈਸ਼ਲਿਟੀ ਹਾਸਪਿਟਲ ਹੈ ਰਾਜਪੁਰੇ ਦਾ, ਆਹ ਵੇਖ ਲਓ ਤੁਸੀਂ ਮਲਟੀ ਸਪੈਸ਼ਲਿਟੀ ਬਣਾਇਆ ਪਰ ਇਹ ਗਰੀਬਾਂ ਦਾ ਖੂਨ ਚੂਸਣ ਵਾਸਤੇ ਬਣਾਇਆ, ਇਹਨਾਂ ਗਰੀਬਾਂ ਦਾ ਖੂਨ ਚੂਸਣ ਵਾਸਤੇ। ਜਿਹੜੀ ਵੀ ਸੰਗਤ ਇਹ ਵੀਡੀਓ ਦੇਖ ਰਹੀ ਹੈ, ਹੱਥ ਜੋੜ ਕੇ ਬੇਨਤੀ ਆ, ਇੱਕ ਗ੍ਰੰਥੀ ਸਿੰਘ ਵਾਸਤੇ ਤੁਹਾਨੂੰ ਪਹਿਲਾਂ ਵੀ ਪਤਾ ਇਲਾਕੇ ਦੇ ਵਿੱਚ ਵੀ ਜਿੱਥੇ ਕਿਤੇ ਵੀ ਕਿਸੇ ਗੁਰੂ ਘਰ ਦੇ ਵਜ਼ੀਰ ਨਾਲ ਧੱਕਾ ਹੁੰਦਾ, ਦਮਦਮੀ ਟਕਸਾਲ ਜਥਾ ਰਾਜਪੁਰਾ ਦੀ ਟੀਮ ਉਸ ਗ੍ਰੰਥੀ ਦੇ ਨਾਲ ਚਟਾਨ ਵਾਂਗੂ ਢਾਲ ਬਣ ਕੇ ਖੜਦੀ ਹੈ। ਅੱਜ ਇਸ ਗ੍ਰੰਥੀ ਦੇ ਨਾਲ ਵੀ ਇਹ ਗ੍ਰੰਥੀ ਖੜਿਆ, ਇਹਨੂੰ ਪੁੱਛ ਸਕਦੇ ਇੱਕ ਵੀ ਪੈਸਾ, ਇਹਨੂੰ ਕਿਸੇ ਨੇ ਆਵਾਜ਼ ਨਹੀਂ ਮਾਰੀ ਵੀ ਤੇਰਾ ਬੱਚਾ ਡਾਕਟਰ ਦਿਨੇਸ਼ ਦੇ ਕੋਲ ਹੈ ਜਾਂ ਤੂੰ ਦੇਣਾ ਜਾਂ ਤੂੰ ਫਿਕਰ ਕਰਨਾ। ਉਹ ਸਾਰਾ ਪੈਸਾ ਟੀਮ ਵੱਲੋਂ ਜਿਹੜਾ ਉਹ ਜਮ੍ਹਾਂ ਕਰਾਇਆ ਗਿਆ। ਇਸੇ ਕਰਕੇ ਵੀ ਸਾਡੇ ਗ੍ਰੰਥੀਆਂ ਦੀ ਬਾਂਹ ਕੌਣ ਫੜੇ, ਕਿਹੜਾ ਗ੍ਰੰਥੀਆਂ ਦੀ ਹਾ ਹੁਕ ਸੁਣੇ। ਇਸ ਗ੍ਰੰਥੀ ਨੇ ਜਿਹੜੇ ਪਹਿਲਾਂ ਵੀ ਪੈਸੇ ਜਮ੍ਹਾਂ ਕਰਾਏ, ਪਹਿਲਾਂ ਵੀ ਇੱਥੇ ਜਮ੍ਹਾਂ ਕਰਾਏ, ਪਿੰਡ ਜਾ ਕੇ ਪੁੱਛ ਸਕਦੇ ਹੋ, ਗੁਰਦੁਆਰੇ ਜਾ ਕੇ। ਪਿੰਡ ਵਾਲਿਆਂ ਨੇ 50-50, 100-100 ਰੁਪਇਆ ਇਕੱਠਾ ਕਰਕੇ, 100-100 ਰੁਪਇਆ ਇਕੱਠਾ ਕਰਕੇ ਪਿੰਡ ਵਾਲਿਆਂ ਨੇ ਇਸ ਗ੍ਰੰਥੀ ਦੀ ਮਦਦ ਕੀਤੀ ਹੈ। 50-50, 100-100 ਰੁਪਇਆ ਇਕੱਠਾ ਕਰਕੇ ਇਸ ਗ੍ਰੰਥੀ ਦੀ ਮਦਦ ਕੀਤੀ ਹੈ। ਅਤੇ ਆਹ ਜਿਹੜੇ ਲੋਕ ਨੇ ਇਹਨਾਂ ਨੂੰ ਇਸ ਚੀਜ਼ ਬਾਰੇ ਜਾਣਕਾਰੀ ਨਹੀਂ ਵੀ ਇਹ ਲੋਕ ਪੈਸਾ ਕਿੱਥੋਂ ਦੇ ਕਿਵੇਂ ਲਿਆ ਰਹੇ ਨੇ, ਪਰ ਇਹਨਾਂ ਵਾਸਤੇ ਕਹੇ ਬਿਜ਼ਨਸ ਬਣ ਚੁੱਕੇ ਹੈ ਪ੍ਰਾਈਵੇਟ ਹਸਪਤਾਲਾਂ ਵਾਸਤੇ ਖਾਸ ਕਰਕੇ। ਜਿਹੜੇ ਵੀ ਵੀਰ ਮਾਈ ਭਾਈ ਵੇਖ ਰਹੇ ਨੇ,
ਬੇਨਤੀ ਆ ਵੀ ਆ ਪੱਕਾ ਤਾਲਾ ਤਾਲਾ ਲਿਆਓ ਯਾਰ ਆਪ ਵੀ ਮੰਗਾਓ ਤਾਲਾ ਭੇਜਿਆ ਤਾਲਾ ਤਾਲੇ ਲਾਓ ਬਾਹਰੋਂ ਤਾਲਾ ਲਾਓ ਕੋਈ ਗੱਲ ਨੀ ਲਾਓ ਤਾਲੇ ਜੀ ਅੰਦਰੋਂ ਲਾਏ ਨਾ ਆਪਾਂ ਬਾਹਰੋਂ ਲਾਵਾਂਗੇ ਉਧਰਲੇ ਪਾਸੇ ਵੀ ਰਸਤਾ ਕਰੋ ਜੇ ਅੱਧੇ ਘੰਟੇ ਦੇ ਵਿੱਚ ਵਿੱਚ ਪ੍ਰਸ਼ਾਸਨ ਨੇ ਜਾਂ ਪੁਲਿਸ ਪ੍ਰਸ਼ਾਸਨ ਨੇ ਮਤਲਬ ਕੋਈ ਕਾਰਵਾਈ ਨਾ ਕੀਤੀ ਤੇ ਫਿਰ ਅਸੀਂ ਕੋਈ ਨਾ ਕੋਈ ਐਕਸ਼ਨ ਲੈਣ ਤੇ ਮਜਬੂਰ ਹੋ ਜਾਵਾਂਗੇ ਜਿੱਥੇ ਖੜੇ ਆ ਇੱਥੇ ਪ੍ਰਸ਼ਾਸਨ ਵੀ ਖੜੇ ਆ ਸੀਆਈਡੀ ਦੇ ਭਰਾ ਵੀ ਖੜੇ ਨੇ ਜੇ ਅੱਧੇ ਪੌਣੇ ਘੰਟੇ ਦੇ ਵਿੱਚ ਵਿੱਚ ਪੁਲਿਸ ਨੇ ਕੋਈ ਕਾਰਵਾਈ ਇਸ ਗੰਦੇ ਡਾਕਟਰ ਤੇ ਇਸ ਜੱਲਾਦ ਡਾਕਟਰ ਤੇ ਨਾ ਕੀਤੀ ਪਰ ਅਸੀਂ ਕੋਈ ਨਾ ਕੋਈ ਕਾਰਵਾਈ ਜ਼ਰੂਰ ਕਰਾਂਗੇ ਕਿਵੇਂ ਕਰਵਾਉਣੀ ਉਹ ਵੀ ਸਾਨੂੰ ਪਤਾ ਮੈਂ ਇਲਾਕੇ ਦੇ ਗ੍ਰੰਥੀ ਸਿੰਘਾਂ ਨੂੰ ਬੇਨਤੀ ਕਰਦਾ ਵੀ ਜਦੋਂ ਵੀ ਤੁਹਾਡੇ ਤੇ ਕਿਤੇ ਕੋਈ ਗੱਲ ਕਮੇਟੀ ਦੀ ਪਿੰਡਾਂ ਦੀ ਕੋਈ ਗ੍ਰੰਥੀ ਤੇ ਕੋਈ ਧੱਕਾ ਕੋਈ ਹੁੰਦਾ ਤੇ ਸਾਡਾ ਜਥਾ ਨਾਲ ਖੜਨ ਦੀ ਕੋਸ਼ਿਸ਼ ਕਰਦਾ ਤੇ ਅੱਜ ਆ ਤੁਹਾਡੇ ਭਰਾ ਵਾਸਤੇ ਗ੍ਰੰਥੀ ਸਿੰਘ ਵਾਸਤੇ ਆਏ ਆ ਜੇ ਹੈ ਦਰਦ ਗ੍ਰੰਥੀ ਸਿੰਘਾਂ ਨੂੰ ਇੱਥੇ ਪਹੁੰਚੇ ਨੇ ਆਹ ਭਾਈ ਗਿਆਨੀ ਸਨਾਮ ਸਿੰਘ ਜੀ ਪਹੁੰਚੇ ਨੇ ਭਾਈ ਦੁਬਾੜੀ ਤੋਂ ਪਹੁੰਚੇ ਸਾਡੇ ਸਿੰਘ ਸਾਹਿਬ ਭਾਈ ਲਖਬੀਰ ਸਿੰਘ ਪਹੁੰਚੇ ਨੇ ਉੱਧਰ ਗਿਆਨੀ ਸਿੰਘ ਗ੍ਰੰਥੀ ਸਿੰਘ ਉੱਧਰ ਖੜੇ ਹੋਏ ਨੇ ਸੋ ਇਹ ਦਰਦ ਲੈ ਕੇ ਪਹੁੰਚੇ ਨੇ ਜੇ ਹੈ ਤੇ ਗ੍ਰੰਥੀ ਸਿੰਘਾਂ ਦਾ ਹੱਕ ਲੈਣ ਵਾਸਤੇ ਪਹੁੰਚੋ ਪਤਾ ਲੱਗੇ ਵੀ ਪਾਠੀ ਕਿਵੇਂ ਬਣੀ ਦਾ ਇਹਨੇ ਕਿਹਾ ਨਾ ਪਾਠੀ ਹੈ ਤੇ ਪਾਠੀ ਬਣ ਕੇ ਰਹਿ ਇਹਨੂੰ ਵੀ ਦੱਸਣਾ ਗ੍ਰੰਥੀ ਸਿੰਘ ਆ ਕੇ ਵੀ ਪਾਠੀ ਬਣਦਾ ਕਿਵੇਂ ਹੈ